ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਕੌਰ ਖਾਰਾ ਜੀ ਬਠਿੰਡਾ ਡਿਵੀਜ਼ਨ ਤੋਂ ਮੈਂ ਆਲ ਇੰਡੀਆ ਗ੍ਰਾਮਣ ਡਾਕ ਸੇਵਕ ਯੂਨੀਅਨ ਦੀ ਡਿਵੀਜ਼ਨ ਸਕਤੀ ਹਾਂ ਅਸੀਂ ਅੱਜ ਇੱਕ ਦਿਨ ਦੀ ਹੜਤਾਲ ਤੇ ਕੇਂਦਰ ਸਰਕਾਰ ਤੇ ਪੋਸਟਲ ਬੋਰਡ ਦੇ ਖਿਲਾਫ ਇੱਕ ਦਿਨ ਦੀ ਹੜਤਾਲ ਤੇ ਬੈਠੇ ਹਾਂ ਜੇਕਰ ਸਰਕਾਰ ਨੇ ਸਾਡੀਆਂ ਮੁੱਖ ਮੰਗਾਂ ਵੱਲ ਸਾਡੀਆਂ 6 ਮੁੱਖ ਮੰਗਾਂ ਨੇ ਜੇ ਉਹਨਾਂ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾਣ ਲਈ ਮਜਬੂਰ ਹੋਵਾਂਗੇ ਅਸੀਂ ਪਿੰਡੂ ਡਾਕ ਕਰਮਚਾਰੀ ਯੂਨੀਅਨ ਦੇ ਲੋਕ ਹਾਂ ਸਰਕਾਰ ਤੋਂ ਸਾਡੀ ਮੰਗ ਹੈ ਕਿ ਸਾਨੂੰ ਜਿਹੜੀ ਗ੍ਰੈਜ਼ਟੀ ਹੈ 1.5 ਲੱਖ ਰੁਪਇਆ ਦੇ ਕੇ ਘਰੇ ਵਿੱਚ ਭੇਜਿਆ ਜਾਂਦਾ ਹੈ 40-40 ਸਾਲ ਦੀ ਸਰਵਿਸ ਕਰਕੇ ਅਸੀਂ 2 ਲੱਖ ਰੁਪਇਆ ਸਿਰਫ ਰਿਟਾਇਰਮੈਂਟ ਵੇਲੇ ਲੈ ਕੇ ਘਰੇ ਚਲੇ ਜਾਂਦੇ ਹਾਂ ਸਾਡੀ ਉਹ ਮੰਗ ਹੈ ਕਿ ਸਾਡੀ ਗ੍ਰੈਜ਼ਟੀ 5 ਲੱਖ ਰੁਪਇਆ ਕੀਤੀ ਜਾਵੇ ਅਤੇ ਗਰੁੱਪ ਇੰਸ਼ੋਰੈਂਸ ਜਿਹੜਾ ਉਹ ਵੀ ਸਾਡਾ 5 ਲੱਖ ਰੁਪਇਆ ਕੀਤਾ ਜਾਵੇ ਸਾਡੀ 8 ਘੰਟਿਆਂ ਦੀ ਡਿਊਟੀ ਕੀਤੀ ਜਾਵੇ ਸਾਡਾ ਸਮਾਂ 5 ਜਾਂ 6 ਘੰਟੇ ਬਣਾਇਆ ਹੋਇਆ ਇਹਨਾਂ ਨੇ ਜਦੋਂ ਕਿ ਅਸੀਂ 9-10 ਘੰਟੇ ਤੱਕ ਵੀ ਕੰਮ ਕਰਦੇ ਹਾਂ ਅਤੇ ਸਾਡੇ ਜਿਹੜੇ ਕੰਮ ਨੇ ਸਾਥੋਂ ਇਹ ਕਹਿ ਕਰਾਏ ਜਾਂਦੇ ਵੀ ਤੁਹਾਨੂੰ ਅਸੀਂ ਇਹਦਾ ਕਮਿਸ਼ਨ ਦੇਵਾਂਗੇ ਸਾਡੀ ਮੰਗ ਹੈ ਕਿ ਉਹ ਸਾਡੇ ਕਮਿਸ਼ਨ ਸਾਨੂੰ ਨਾ ਦਿੱਤਾ ਜਾਵੇ ਸਾਡੇ ਵਰਕਲੋਡ 'ਚ ਗਿਣਿਆ ਜਾਵੇ ਅਤੇ ਸਾਡੇ ਕੰਮ ਦੇ ਘੰਟੇ ਵਧਾਏ ਜਾਣ 180 ਦਿਨਾਂ ਦੀ ਛੁੱਟੀਆਂ ਨੇ ਜਿਹੜੀਆਂ ਸਾਡੀਆਂ ਜੇਕਰ ਅਸੀਂ ਆਪਣੀ ਸਰਵਿਸ ਦੌਰਾਨ ਨਹੀਂ ਲੈਂਦੇ ਅਸੀਂ ਸਾਡੀਆਂ ਸਾਲ ਦੀਆਂ 20 ਛੁੱਟੀਆਂ ਹੁੰਦੀਆਂ ਨੇ ਜੇਕਰ ਸਰਵਿਸ ਦੌਰਾਨ ਨਹੀਂ ਲੈਂਦੇ ਤਾਂ ਤੁਹਾਨੂੰ ਰਿਟਾਇਰਮੈਂਟ ਵੇਲੇ ਉਹਨਾਂ ਦਾ 180 ਛੁੱਟੀਆਂ ਦਾ ਜਿਹੜਾ ਬੈਨੀਫਿਟ ਮਿਲੇ 12, 24 ਤੇ 36 ਦੀ ਜਿਹੜੀ ਸਾਡੀ ਮੁੱਖ ਮੰਗ ਹੈ ਸਰਕਾਰ ਨੇ ਮੰਨੀ ਵੀ ਹੋਈ ਆ ਲਾਗੂ ਨਹੀਂ ਕੀਤੀ ਜੇਕਰ 12 ਸਾਲ ਦੀ ਸਰਵਿਸ ਹੈ ਜੀ ਡੀ ਐਸ ਦੀ ਉਹਨੂੰ 1 ਇੰਕਰੀਮੈਂਟ ਜਿਹਦੀ 24 ਸਾਲ ਦੀ ਸਰਵਿਸ ਹੈ ਉਹਨੂੰ 2 ਇੰਕਰੀਮੈਂਟ ਜਿਹਦੀ 36 ਸਾਲ ਦੀ ਸਰਵਿਸ ਹੋ ਜੇ ਉਹਨੂੰ 3 ਇੰਕਰੀਮੈਂਟ ਦਾ ਲਾਭ ਸਰਕਾਰ ਦੇਵੇ ਇਹ ਵੀ ਸਾਡੀ ਮੰਗ ਹੈ ਅਤੇ ਸਾਨੂੰ ਰੈਗੂਲਰ ਮੁਲਾਜ਼ਮਾਂ ਵਾਂਗੂ ਜਿਹੜਾ ਮੈਡੀਕਲ ਜਿਹੜੀ ਸਹੂਲਤਾਂ ਨੇ ਉਹ ਸਾਨੂੰ ਦਿੱਤੀਆਂ ਜਾਣ ਅਤੇ ਜਿਹੜੀ ਸਾਨੂੰ ਸਰਵਿਸ ਜਿਵੇਂ ਸਾਨੂੰ ਆਰ ਸੀ ਟੀ ਮਸ਼ੀਨ ਵਗੈਰਾ ਦਿੱਤੀ ਹੋਈ ਆ ਉਹਦੀ ਸਰਵਿਸ ਵਧੀਆ ਨਹੀਂ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਜੇਕਰ ਅਸੀਂ ਕੋਈ ਵੀ ਕੰਮ ਮਹਿਕਮੇ ਨੂੰ ਸਫਲ ਬਣਾਉਣਾ ਹੈਗਾ ਉਹਦੀ ਜਿਹੜੀ ਸਰਵਿਸ ਹੈ ਵਧੀਆ ਹੋਣੀ ਚਾਹੀਦੀ ਹੈ ਸਾਨੂੰ ਲੈਪਟਾਪ ਦਿੱਤਾ ਜਾਵੇ ਤਾਂ ਜੋ ਅਸੀਂ ਲੋਕਾਂ ਨੂੰ ਵਧੀਆ ਸਰਵਿਸ ਮੁਹੱਈਆ ਕਰਾ ਸਕੀਏ ਅਸੀਂ ਅੱਗੇ ਵਾਸਤੇ ਅੱਗੋਂ ਅਸੀਂ ਅਣਮਿੱਥੇ ਸਮੇਂ 'ਤੇ ਹੜਤਾਲ 'ਤੇ ਜਾਣ ਲਈ ਮਜਬੂਰ ਹੋਵਾਂਗੇ।